ਜਦੋਂ ਦਾ ਕਰਤਾਰਪੁਰ ਕੋਰੀਡੋਰ ਖੁੱਲਿਆ ਹੈਗਾ, ਪੀਪਲ ਟੂ ਪੀਪਲ ਕੰਟੈਕਟ, ਮਤਲਬ ਆਵਾਮ ਦਾ ਕੰਟੈਕਟ ਬਹੁਤ ਵਧੀਆ ਹੈਗਾ ਅਤੇ ਬਹੁਤ ਅੱਛੇ ਅਨਕਰਜਿੰਗ ਰਿਜ਼ਲਟਸ ਆਏ ਹੈਗੇ ਆ। ਇਹ ਹੁਣ ਰੀਸੈਂਟਲੀ ਕੱਲ੍ਹ ਪੰਜਾਬ ਦੇ ਇੱਕ ਮਸ਼ਹੂਰ ਪੰਜਾਬੀ ਪੋਪ ਕਲਾਕਾਰ ਗਿੱਪੀ ਗਰੇਵਾਲ ਆਪਣੇ ਜੱਦੀ ਪਿੰਡ ਗਏ, ਉਹਨਾਂ ਨਨਕਾਣਾ ਸਾਹਿਬ ਵੀ ਗਏ ਹੈਗੇ ਅਤੇ ਉੱਥੇ ਹੋਰ ਧਾਰਮਿਕ ਸਥਾਨਾਂ 'ਤੇ ਵੀ ਗਏ ਹੈਗੇ, ਉਹਦੇ 'ਤੇ ਵੀ ਅਸੀਂ ਤੁਹਾਨੂੰ ਪੂਰੀ ਨਿਊਜ਼ ਦਿਖਾਵਾਂਗੇ। ਸੋ ਸਾਡੇ ਕਹਿਣੇ ਦਾ ਮਤਲਬ ਹੈਗਾ, ਜੇ ਪੀਪਲ ਟੂ ਪੀਪਲ ਕੰਟੈਕਟ ਵੱਧ ਜਾਵੇ ਤਾਂ ਜਿਹੜੇ ਦੋਨੋਂ ਦੇਸ਼ਾਂ ਦੇ ਰਿਲੇਸ਼ਨ ਆ ਆਟੋਮੈਟਿਕਲੀ ਵਧੀਆ ਹੋ ਜਾਣ। ਇਸ ਵੇਲੇ ਫਿਲਹਾਲ ਪਾਕਿਸਤਾਨ ਜਾਣੇ ਲਈ ਜੱਥਿਆਂ ਦੇ ਰੂਪ ਵਿੱਚ SGPC ਨੂੰ ਪਰਮਿਸ਼ਨ ਮਿਲਦੀ ਹੈਗੀ ਆ, ਉਹ ਦੋ ਤਿੰਨ ਵਾਰੀ ਸਾਲ ਵਿੱਚ ਜਾਂਦੇ ਹੈਗੇ ਆ। ਜੇ ਗਵਰਨਮੈਂਟ ਆਫ ਪਾਕਿਸਤਾਨ ਆਮ ਲੋਕਾਂ ਨੂੰ ਵੀ ਜੱਥਿਆਂ ਦੇ ਰੂਪ ਵਿੱਚ ਮਤਲਬ 100, 200 ਜਾਂ 300 ਜਾਂ ਈਵਨ ਇੰਡੀਵਿਜੁਅਲੀ ਵੀ ਜਾਣਾ ਚਾਹੇ, ਥੋੜ੍ਹਾ ਜਿਹਾ ਵੀਜ਼ਾ ਜਿਹੜਾ ਪ੍ਰੋਸੈਸ ਈਜ਼ੀ ਕਰ ਦੇਵੇ ਤਾਂ ਜਿਹੜਾ ਪੀਪਲ ਆਫ ਪੀਪਲ ਕੰਟੈਕਟ ਬਹੁਤ ਵੱਧ ਸਕਦਾ ਹੈਗਾ। ਬਹੁਤ ਸਾਰੇ ਜਿਹੜੇ ਲੋਕ ਪੰਜਾਬ ਦੇ ਜਾਂ ਇੰਡੀਆ ਦੇ ਲੋਕ, ਖਾਸ ਤੌਰ 'ਤੇ ਪੰਜਾਬ ਦੇ ਜਾਂ ਸਿੱਖ ਲੋਕ ਜਿਹੜੇ ਹੈਗੇ ਆ, ਉਹਨਾਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਕਰਤਾਰਪੁਰ ਸਾਹਿਬ, ਹੁਣ ਭਾਵੇਂ ਕੋਰੀਡੋਰ ਖੁੱਲ੍ਹ ਗਿਆ ਹੈਗਾ, ਫਿਰ ਵੀ ਜਿਹੜਾ ਉੱਧਰ ਜਾਏਗਾ ਉਹ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਾ ਚਾਹੇਗਾ। ਸੋ ਇਹ ਵਾਹਗਾ ਬਾਰਡਰ ਰਾਹੀਂ ਜਿਹੜੀਆਂ ਰਿਸਟ੍ਰਿਕਸ਼ਨਸ ਆ, ਜੇ ਉਹ ਲੋਕਾਂ ਦੇ ਸੋਸ਼ਲ ਵਿਜ਼ਿਟ ਲਈ ਐਟਲੀਸਟ 8-10 ਦਿਨ ਦਾ ਵੀਜ਼ਾ ਮਿਲ ਜਾਵੇ ਤਾਂ ਉਹ ਇੱਕ ਬਹੁਤ ਪੀਪਲ ਟੂ ਪੀਪਲ ਕੰਟੈਕਟ ਵਧੀਆ ਹੋ ਸਕਦਾ। ਇਸ ਤਰ੍ਹਾਂ ਹੀ ਸਰਬੱਤ ਦਾ ਭਲਾ ਟਰੱਸਟ ਦੇ ਸਾਡੇ ਚੇਅਰਮੈਨ ਆ ਸਰਦਾਰ ਜੀ ਡਾਕਟਰ SPS ਉਬਰਾਏ, ਉਹ ਵੀ ਰੈਗੂਲਰ ਜਾਂਦੇ ਰਹਿੰਦੇ ਹੈਗੇ ਆ ਉੱਧਰ, ਅਤੇ ਬੜੇ ਅੱਛੇ ਲੋਕਾਂ ਨਾਲ ਉਹਨਾਂ ਦੇ ਕੰਟੈਕਟ ਹੁੰਦੇ ਹੈਗੇ, ਇੱਧਰੋਂ ਵੀ ਉਹ ਜੱਥੇ ਲੈ ਕੇ ਜਾਂਦੇ ਰਹਿੰਦੇ ਹੈਗੇ ਕਰਤਾਰਪੁਰ ਕੋਰੀਡੋਰ ਲਈ। ਖਾਸ ਤੌਰ 'ਤੇ ਉਹਨਾਂ ਦਾ ਵਿਸ਼ੇਸ਼ ਇੰਟਰਸਟ ਹੈਗਾ, ਜਿੰਨੇ ਵੀ ਲੋਕ ਜਾਂਦੇ ਹੈਗੇ ਜਾਂ ਉਹ ਬੜੇ ਪਾਕਿਸਤਾਨੀ ਲੋਕਾਂ ਦੀ ਤਾਰੀਫ ਕਰਦੇ ਹੈਗੇ ਆ। ਪਾਕਿਸਤਾਨ ਸਥਿਤ ਆਪਣੇ ਜੱਦੀ ਪਿੰਡ ਪਹੁੰਚੇ ਗਿੱਪੀ ਗਰੇਵਾਲ, ਫੈਸਲਾਬਾਦ ਦੇ ਪਿੰਡ 47 GK ਮਨਸੂਰਾ ਜੇ ਬਣਿਆ ਵਿਆਹ ਵਾਲਾ ਮਾਹੌਲ, ਪਿੰਡ ਵਾਸੀਆਂ ਨੇ ਤੋਹਫੇ 'ਚ ਦਿੱਤਾ ਘਰ ਦਾ ਤਾਲਾ। ਇਹ ਹੈਗੇ ਦਰਸ਼ਕੋ ਪੰਜਾਬੀ ਦੇ ਸਾਡੇ ਮਸ਼ਹੂਰ ਪੋਪ ਸਿੰਗਰ ਗਿੱਪੀ ਗਰੇਵਾਲ, ਇਹਨਾਂ ਦੀ ਬੜੀ ਪੰਜਾਬ ਵਿੱਚ ਡਿਮਾਂਡ ਹੈ, ਫਿਲਮਾਂ ਵਿੱਚ ਵੀ ਆਉਂਦੇ ਹੈਗੇ। ਆਪਣੇ 3 ਦਿਨਾਂ ਦੌਰੇ 'ਤੇ ਪਾਕਿਸਤਾਨ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਅੱਜ ਆਪਣੇ ਪਿੰਡ ਜ਼ਿਲ੍ਹਾ ਫੈਸਲਾਬਾਦ ਦੇ ਜੱਦੀ ਪਿੰਡ 47 GK ਮਨਸੂਰਾ ਪਹੁੰਚੇ। ਉੱਥੇ ਪਹੁੰਚਣ 'ਤੇ ਨਾਸਰ ਢਿੱਲੋਂ, ਭੁਪਿੰਦਰ ਸਿੰਘ ਲਵਲੀ ਸਮੇਤ ਪਿੰਡ ਵਾਸੀਆਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਪੂਰੇ ਪਿੰਡ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਸੀ। ਇਸ ਮੌਕੇ ਗਿੱਪੀ ਗਰੇਵਾਲ ਦੇ ਭਰਾ ਸਿੱਪੀ ਗਰੇਵਾਲ, ਰੁਪਿੰਦਰ ਸਿੰਘ, ਗਫਾਰ ਅਲੀ ਰਾਣਾ ਆਦਿ ਵੀ ਉਹਨਾਂ ਦੇ ਨਾਲ ਸਨ। ਗਿੱਪੀ ਗਰੇਵਾਲ ਨੇ ਉੱਥੇ 4-5 ਘੰਟੇ ਰੁਕ ਕੇ ਪਿੰਡ ਦੇ ਵਡੇਰੇ ਅਤੇ ਆਪਣੇ ਪਿਤਾ ਦੇ ਮਿੱਤਰ ਬਾਬਾ ਅਨਵਰ ਅਲੀ ਨਾਲ ਆਪਣੇ ਵਡੇਰਿਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਗਿੱਪੀ ਗਰੇਵਾਲ ਪਿੰਡ ਦੇ ਬਜ਼ੁਰਗਾਂ ਨਾਲ ਆਪਣੇ ਜੱਦੀ ਘਰ ਵੀ ਪਹੁੰਚੇ, ਜਿੱਥੇ ਦੇਸ਼ ਦੀ ਵੰਡ ਤੋਂ ਬਾਅਦ ਰਹਿ ਰਹੇ ਉਹਨਾਂ ਦੇ ਘਰ ਦਾ ਜਿਹੜਾ ਇੱਕ ਪੁਰਾਣਾ ਤਾਲਾ ਉਹਨਾਂ ਨੂੰ ਤੋਹਫੇ ਵਜੋਂ ਭੇਟ ਕੀਤਾ ਗਿਆ, ਜਿੱਥੇ ਉਹ ਸ਼ਾਮ 4:30 ਦੇ ਕਰੀਬ ਰਾਜਧਾਨੀ ਇਸਲਾਮਾ ਲਈ ਰਵਾਨੇ ਹੋ ਗਏ। ਇਸ ਤਰ੍ਹਾਂ ਜਿਹੜੀ ਅਜੀਤ ਅਖਬਾਰ ਨੂੰ ਜਾਣਕਾਰੀ ਦਿੱਤੀ ਗਈ ਹੈਗੀ ਆ ਵੀ ਪੂਰਾ ਪਿੰਡ ਵਿੱਚ ਇੱਕ ਵਿਆਹ ਵਾਲਾ ਮਾਹੌਲ ਬਣਿਆ ਸੀ। ਗਿੱਪੀ ਗਰੇਵਾਲ ਅਤੇ ਉਹਨਾਂ ਦੇ ਸਾਥੀਆਂ ਨੇ ਬੀਤੇ ਦਿਨੀ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਾਥੀਆਂ ਸਵੇਰ ਲੰਗਰ ਛਕਿਆ ਅਤੇ ਸਥਾਨਕ ਸਿੱਖ ਭਾਈਚਾਰੇ ਨਾਲ
ਵਿਚਾਰ ਸਾਂਝੇ ਕੀਤੇ। ਸੋ ਦਰਸ਼ਕੋ, ਇਸ ਤਰ੍ਹਾਂ ਦਾ ਆਦਾਨ ਪ੍ਰਦਾਨ ਦੋਨੋਂ ਦੇਸ਼ਾਂ ਦਾ ਹੋ ਜਾਵੇ ਤਾਂ ਬਹੁਤ ਵਧੀਆ। ਇਸ ਤਰ੍ਹਾਂ ਹੀ ਬਾਬਾ ਨਾਵਰ ਅਲੀ ਨਾਲ ਆਪਣੇ ਵਡੇਰਿਆਂ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਗਿੱਪੀ ਗਰੇਵਾਲ, ਅਤੇ ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਜਾਰੀ ਕੀਤਾ 550 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਸਿਰੇ ਉੱਪਰ ਵੀ ਭੇਟ ਕੀਤਾ ਗਿਆ। ਗਿੱਪੀ ਗਰੇਵਾਲ ਸ਼੍ਰੀ ਨਨਕਾਣਾ ਸਾਹਿਬ ਦੀ ਆਪਣੀ ਯਾਤਰਾ ਦੌਰਾਨ ਰਾਏ ਬੁਲਾਰ ਪੱਟੀ ਦੇ ਵਾਰਸਾਂ ਨੂੰ ਮਿਲਣ ਲਈ ਉਹਨਾਂ ਦੀ ਹਵੇਲੀ ਵੀ ਪਹੁੰਚੇ। ਉੱਥੇ ਦੇਰ ਰਾਤ ਲਾਹੌਰ ਪਹੁੰਚ ਕੇ ਉੱਥੇ ਉਹਨਾਂ ਨੇ ਸਥਾਨਕ ਕਲਾਕਾਰਾਂ ਅਤੇ ਗਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਸ਼ਾਹੀ ਕਿਲ੍ਹੇ ਦੇ ਪਾਸ ਮੌਜੂਦਾ ਫੂਡ ਸਟਰੀਟ 'ਤੇ ਰਵਾਇਤੀ ਪਕਵਾਨਾਂ ਦਾ ਆਨੰਦ ਮਾਣਿਆ ਹੈਗਾ। ਸੋ ਇਹ ਲੋਕ ਚਾਹੁੰਦੇ ਹੈਗੇ ਆ, ਅੰਮ੍ਰਿਤਸਰ ਦੇ ਲੋਕ ਚਾਹੁੰਦੇ ਲਾਹੌਰ ਤੋਂ ਖਾਣਾ ਖਾ ਕੇ ਵਾਪਸ ਆ ਜਾਓ। ਇਸ ਤਰ੍ਹਾਂ ਨੈਚੁਰਲੀ ਲਾਹੌਰ ਵਾਲੇ ਵੀ ਚਾਹੁੰਦੇ ਹੋਣਗੇ ਅੰਮ੍ਰਿਤਸਰੋਂ ਖਾਣਾ ਖਾ ਕੇ ਉੱਧਰ ਵਾਪਸ ਚਲ ਜਾਣ। ਸੋ ਇਹ ਪੀਪਲ ਟੂ ਪੀਪਲ ਜੇ ਕੋਂਟੈਕਟ ਹੋ ਜੇ, ਤੁਹਾਡਾ ਵੀਜ਼ਾ ਰਿਸਟ੍ਰਿਕਸ਼ਨ ਥੋੜ੍ਹੀਆਂ ਈਜ਼ੀ ਹੋ ਜਾਣ, ਟਰੱਸਟ ਦੋਨਾਂ ਦੇਸ਼ਾਂ ਦਾ ਇੱਕ ਦੂਸਰੇ 'ਤੇ ਹੋ ਜਾਵੇ, ਤਾਂ ਇੱਕ ਵਾਕਿਆ ਬਹੁਤ ਵਧੀਆ ਗੱਲ ਹੈ। ਇਸ ਤਰ੍ਹਾਂ ਜਦੋਂ ਅਸੀਂ ਡੇਰਾ ਬਾਬਾ ਨਾਨਕ ਜਾਂਦੇ, ਬਹੁਤ ਸਾਰੇ ਸ਼ਰਧਾਲੂਆਂ ਨਾਲ ਗੱਲਬਾਤ ਕਰਦੇ ਹਾਂ। ਜੀ, ਕੀ ਨਾਂ ਤੁਹਾਡਾ? ਜਗਿੰਦਰ ਸਿੰਘ। ਕਿਹੜਾ ਪਿੰਡ ਸ਼ਹਿਰ ਹੈ ਤੁਹਾਡਾ? ਗੁਰਦਾਸਪੁਰ ਜ਼ਿਲ੍ਹਾ। ਗੁਰਦਾਸਪੁਰ ਜ਼ਿਲ੍ਹਾ। ਇਹ ਜਦੋਂ ਦਾ ਕੋਰੀਡੋਰ ਖੁੱਲ੍ਹਿਆ ਹੈਗਾ, ਇਹ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਚਾਹ ਦੀਆਂ ਦਰਸ਼ਨ ਹੁੰਦੀਆਂ। ਅੱਛਾ ਅੱਛਾ, ਹਾਂਜੀ। ਚਲੋ ਵੀ ਉਹ ਵਿਰਾਹ ਖੁੱਲ੍ਹੀ ਕਹਿੰਦੇ ਦਰਸ਼ਨ। ਹਾਂਜੀ ਹਾਂਜੀ। ਅਤੇ ਹੁਣ ਕੋਰੀਡੋਰ ਤਾਂ ਖੁੱਲ੍ਹ ਗਿਆ, ਤੁਹਾਡਾ ਪਾਸਪੋਰਟ ਵਗੈਰਾ ਬਣਿਆ ਕਿ ਨਹੀਂ? ਨਹੀਂ, ਬਣਾਉਣਾ ਪੈਣਾ। ਕਿੰਨੀ ਕੁ ਹੋ ਰਿਹਾ ਇਸ ਵੇਲੇ ਬਾਪੂ ਜੀ? 60 ਸਾਲ। ਹੈਂ? 60 ਸਾਲ। 60 ਸਾਲ ਕੀ ਕੰਮ ਕਰ ਕੀ ਕਰਦੇ ਹੋ? ਖੇਤੀਬਾੜੀ। ਅੱਛਾ, ਪਾਸਪੋਰਟ ਬਣਾਓ ਅਤੇ ਔਨਲਾਈਨ ਫਿਰ ਬੁਕਿੰਗ ਕਰਾ ਕੇ ਫਿਰ ਜਾਓ। ਅਤੇ ਹੋਰ ਵਿਕਾਸ ਜਾਂ ਡਿਵੈਲਪਮੈਂਟ ਦੇ ਕੰਮ ਕੀ ਕੀ ਹੋਣੇ ਦੀ ਤੁਹਾਡੇ ਇਲਾਕੇ 'ਚ ਲੋੜ ਹੈਗੀ? ਖੇਤੀਬਾੜੀ ਦਾ ਕੰਮ ਕਰ। ਸਰਕਾਰ ਤੋਂ ਕੀ ਚਾਹੁੰਦੇ ਹੋ ਤੁਸੀਂ? ਕਿੱਦਾਂ ਦੇ ਕੰਮ ਕਾਰ ਕਰੇ ਹੋਰ ਵਿਕਾਸ ਦੇ ਤੁਹਾਡੇ ਇਲਾਕੇ ਲਈ? ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਪਿੰਡ ਧਾਰੀਵਾਲ ਕਲਾਂ ਜੀ, ਡਿਸਟ੍ਰਿਕਟ ਗੁਰਦਾਸਪੁਰ ਕਰਦੇ ਤੁਸੀਂ? ਮੈਂ ਵੀ ਜੀ ਬਾਹਰ ਰਹਿੰਦਾ ਜੀ। ਬਾਹਰ ਕਿੱਥੇ ਰਹਿੰਦੇ? ਮੈਂ ਓਮਾਨ ਦੇ ਵਿੱਚ ਆ। ਓਮਾਨ? ਹਾਂਜੀ, ਓਮਾਨ ਦੇ ਵਿੱਚ ਰਹਿੰਦਾ ਤੇ ਹੋਰ ਕੰਟਰੀਆਂ 'ਚ ਗਏ ਪਰ ਓਮਾਨ ਹੁਣ ਓਮਾਨ ਡਿਊਟੀ। ਅੱਛਾ ਅੱਛਾ, ਕੀ ਕੰਮ ਕਾਰ ਕਰਦੇ ਉੱਥੇ ਓਮਾਨ ਦੇ? ਮੈਂ ਉੱਥੇ ਲਿਫਟਿੰਗ ਸੁਪਰਵਾਈਜ਼ਰ ਹਾਂ। ਅੱਛਾ, ਲਿਫਟਿੰਗ ਸੁਪਰਵਾਈਜ਼ਰ ਐਸਟੀਐਸ ਕੰਪਨੀ 'ਚ। ਵੈਰੀ ਗੁੱਡ, ਵੈਰੀ ਗੁੱਡ। ਸਰ ਇੱਥੇ ਆਏ ਸੀ ਆਪਣੇ ਤੇ, ਪਰ ਇਹ ਜ਼ਿਆਦਾਤਰ ਸਾਨੂੰ ਇਹੀ ਮੁਸ਼ਕਿਲ ਹੈ ਕਿ ਪਾਸਪੋਰਟ ਦੇ ਕਰਕੇ ਵੀ ਇਹ ਬੰਦਿਆਂ ਨੂੰ ਮੁਸ਼ਕਿਲ ਹੈ। ਮੈਂ ਜਾ ਸਕਦਾ, ਮੇਰਾ ਪਰਿਵਾਰ ਨਹੀਂ ਜਾ ਸਕਦਾ। ਓ ਅੱਛਾ, ਤੇ ਉਹਦੇ ਕਰਕੇ ਫਿਰ ਮੈਂ ਤੇ ਜਾ ਸਕਦਾ, ਮੇਰਾ ਪਰਿਵਾਰ ਮੇਰਾ ਰਹਿ ਗਿਆ। ਪਰਿਵਾਰ 'ਚ ਕੌਣ ਕੌਣ ਹੈ ਇੱਥੇ ਤੁਹਾਡੇ? ਪਰਿਵਾਰ ਇੱਥੇ ਨਾਲ ਮੇਰਾ ਬੇਟਾ ਬੇਟੀ ਹੈ, ਘਰਵਾਲੀ। ਅੱਛਾ ਅੱਛਾ, ਉਹਨਾਂ ਦੇ ਪਾਸਪੋਰਟ ਨਹੀਂ ਬਣੇ? ਉਹਨਾਂ ਦੇ ਨਹੀਂ ਬਣਾਏ, ਅਸੀਂ ਉੱਦਾਂ ਆ ਕੇ ਸਾਨੂੰ ਪਤਾ ਨਹੀਂ, ਮੁੜ ਕੇ ਇੱਥੇ ਪਤਾ ਲੱਗਾ ਵੀ ਪਾਸਪੋਰਟ ਚਾਹੀਦਾ। ਅੱਛਾ, ਇੱਥੇ ਆ ਕੇ ਪਤਾ ਲੱਗਾ ਤੁਹਾਨੂੰ? ਨਹੀਂ ਪਤਾ ਲੱਗਾ ਸੀ, ਪਰ ਨਹੀਂ ਕਲੀਅਰ ਨਹੀਂ ਨਾ ਪਤਾ। ਇੱਥੇ ਆ ਕੇ ਦੱਸਿਆ ਲੋਕਾਂ ਨੇ ਵੀ ਤੁਹਾਨੂੰ ਪਾਸਪੋਰਟ ਜ਼ਰੂਰੀ ਹੈ। ਅੱਛਾ ਅੱਛਾ, ਤੇ ਮੈਂ ਸਕਦੇ ਸਰ ਜਾ, ਸਾਡੇ ਮਨ ਸਰਦਾ ਸੀ ਚਲੋ ਜਾ ਕੇ ਆਉਂਦੇ, ਪਰ ਉਹ ਕੰਮ ਨਹੀਂ ਬਣਿਆ ਤੇ ਥੋੜੀ ਨਿਰਾਸ਼ਾ ਜੀ ਹੋਈ ਹੈ ਉਹਦੇ ਕਰਕੇ। ਹੁਣ ਫਿਰ ਕਿਤੇ ਮਾਰੇ ਕਿਰਪਾ ਕਰਕੇ ਇਹ ਹੁਣ ਤੁਸੀਂ ਮਤਲਬ ਫਿਰ ਹਾਲ ਬਾਰਡਰ ਤੋਂ ਦਰਸ਼ਨ ਕੀਤੇ? ਸਿਰਫ ਬਾਰਡਰ ਤੋਂ ਹੀ ਦਰਸ਼ਨ ਕਰਕੇ ਆਏ ਹਾਂ ਤੇ ਵੇਖਿਆ ਕਿ ਚਲੋ ਬਹੁਤ ਵਧੀਆ ਪ੍ਰਬੰਧ ਆ ਵੈਸੇ, ਪਰ ਇਹੀ ਹੈ ਕਿ ਗਾੜੀ ਜਿਹੜਾ ਪੁਲ ਦਾ ਡਿਵੈਲਪਮੈਂਟ ਜਿਹੜੀ ਉਹਨਾਂ ਨੇ ਹੀ ਕੀਤੀ ਪਾਕਿਸਤਾਨ ਵਾਲਿਆਂ ਦੀ ਹੋਈ, ਉਹਦੇ ਕਰਕੇ ਥੋੜ੍ਹਾ ਵੀ ਪੁਲ ਪਾਲ ਨਹੀਂ ਬਣਿਆ। ਉਹਨਾਂ ਦੀ ਸਾਈਡ ਤੋਂ ਥੋੜ੍ਹਾ ਜਿਹਾ ਪੁਲ ਰਹਿੰਦਾ, ਉਹਨਾਂ ਦੀ ਸਾਈਡ ਤੋਂ ਅਜੇ ਪੁਲ ਥੋੜ੍ਹਾ ਰਹਿੰਦਾ। ਤੇ ਚਲੋ ਸਾਨੂੰ ਇੰਨਾ ਵੀ ਪੜਾ ਕਿ ਸਾਡਾ ਜਿਹੜਾ ਇੰਨਾ ਕੁ ਬਹੁਤ ਜ਼ਿਆਦਾ ਵਧੀਆ ਸਾਨੂੰ ਲੱਗਾ ਕਿ ਚਲੋ ਸਾਨੂੰ ਥੋੜ੍ਹੀ ਆਸ ਮੈਦ ਹੋ ਗਈ ਹੈ ਕਿ ਅਸੀਂ ਕਰਤਾਰਪੁਰ ਸਾਹਿਬ ਯਾਤਰਾ 'ਤੇ ਜਾ ਸਕਦੇ ਹਾਂ। ਚਲੋ ਸਾਡੇ ਗੁਰੂ ਦੇ ਜੋ ਜਨਮ ਆਪਣੇ ਭੂਮੀ ਉੱਥੇ ਜਾ ਕੇ, ਹਾਂਜੀ, ਉਹਨਾਂ ਦੇ ਸਥਾਨ 'ਤੇ ਜੋ ਵੀ ਅਸੀਂ ਜਾ ਸਕਦੇ ਹਾਂ। ਬਹੁਤ ਅੱਛੀ ਗੱਲ। ਅਤੇ ਹੁਣ ਤੁਸੀਂ ਪਾਸਪੋਰਟ ਆਪਣੀ ਫੈਮਿਲੀ ਦੇ ਬਣਾਓ ਅਤੇ ਫਿਰ ਔਨਲਾਈਨ ਰਜਿਸਟਰ ਕਰਾ ਕੇ ਜਾ ਸਕਦੇ ਹੋ। ਅੱਛਾ, ਇੱਕ ਗੱਲ ਹੋਰ ਦੱਸੋ, ਓਮਾਨ ਵਿੱਚ ਤਾਂ ਪਾਕਿਸਤਾਨ ਦੇ ਵੀ ਕਾਫੀ ਲੋਕ ਉੱਥੇ ਕੰਮ ਕਰ ਕਰਦੇ? ਬਹੁਤ ਜ਼ਿਆਦਾ ਜੀ, ਬਹੁਤ ਵਧੀਆ ਜੀ। ਕਿਹੋ ਜਿਹੇ ਆਪਸ ਵਿੱਚ ਤੁਹਾਡੇ ਰਿਲੇਸ਼ਨ? ਸਾਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਤੋਂ, ਨਾ ਸਾਡੇ ਨਾਲ ਨਫ਼ਰਤ ਕਰਦੇ ਆ ਤੇ ਨਾ ਅਸੀਂ ਉਹਨਾਂ ਤੋਂ ਕਰਦੇ ਆ, ਅਸੀਂ ਇਕੱਠੇ ਰਹਿੰਦੇ ਹਾਂ, ਇਕੱਠੇ ਕੰਮ ਕਰਦੇ ਹਾਂ। ਪ੍ਰੇਮ ਪਿਆਰ ਚੰਗਾ ਹੈ? ਬਹੁਤ ਪ੍ਰੇਮ ਆ ਜੀ, ਕਿਸੇ ਨੂੰ ਮਾੜੀ ਨਹੀਂ, ਚੰਗੀ ਨਹੀਂ। ਅੱਛਾ ਜੀ। ਦੂਸਰੀ ਗੱਲ ਇਹ ਹੈ ਕਿ ਸਾਡੀ ਐਸਟੀਐਸ ਕੰਪਨੀ ਜਿਹੜੀ ਹੈ ਨਾ, ਹਾਂਜੀ, ਉਹ ਹੈ ਹੀ ਪਹਿਲਾਂ ਪਾਕਿਸਤਾਨ ਦੀ। ਅੱਛਾ, ਬੇਸਿਕਲੀ ਪਾਕਿਸਤਾਨ ਦੀ ਪਹਿਲਾਂ ਪਾਕਿਸਤਾਨ ਦੀ ਸੀ, ਹੁਣ ਆਪਣੇ ਇੰਡੀਆ ਦੇ ਵਿੱਚ ਉਹ
ਆਪਣੇ ਵੀ ਨਾਲ ਡਿਵੈਲਪ ਨਾਲ ਉਹਨਾਂ ਦੀ ਪਾਰਟਨਰਸ਼ਿਪ ਹੋਈ ਆ ਇੰਡੀਆ ਦੇ ਕੁਛ ਅੱਛਾ ਕੁਛ ਇੰਡੀਆ ਦੇ ਲੋਕਾਂ ਨਾਲ ਜਾਂ ਮਾਨ ਦੇ ਲੋਕਾਂ ਨੇ ਉਹਨਾਂ ਨੇ ਪਾਰਟਨਰਸ਼ਿਪ 'ਤੇ ਵਧਾਇਆ ਹੋਣਾ ਕੰਮ ਕਰ ਹਾਂਜੀ 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 ਉਹਨਾਂ ਨੇ ਫਿਰ ਉਹ ਵਿੱਚੋਂ ਪਾਕਿਸਤਾਨ ਦਾ ਥੋੜ੍ਹਾ ਵੀ ਪਾਰਟਨਰ ਘਟਾ ਕੇ ਅਤੇ ਇੰਡੀਆ ਦੇ ਅਤੇ ਆਪਣੇ ਓਮਾਨ ਦੇ ਜਿਹੜੇ ਪਾਰਟਨਰ ਵਿੱਚ ਹੋ ਗਏ ਉਹ ਪਹਿਲਾਂ ਪਾਕਿਸਤਾਨ ਦੀ ਹੀ ਉਹ ਅੱਛਾ ਚਲੋ ਇਹ ਕੋਰੀਡੋਰ ਜਦੋਂ ਖੁੱਲ੍ਹ ਤਾਂ ਗਿਆ ਤੁਹਾਨੂੰ ਤੁਸੀਂ ਦੇਖਿਆ ਹੈਗਾ ਹੁਣ ਬਾਰਡਰ 'ਤੇ ਅਸੀਂ ਬੈਠੇ ਬਿਲਕੁਲ ਆਹ ਦੇਖੋ ਇੰਟੈਗ੍ਰੇਟਿਡ ਚੈੱਕ ਪੋਸਟ ਵਗੈਰਾ ਇਹ ਸਾਰਾ ਬਿਲਕੁਲ ਉਹਦੇ ਅਸੀਂ ਸਾਹਮਣੇ ਹੈਗੇ ਹਾਂ ਇਹ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਦੋਨੋਂ ਦੇਸ਼ਾਂ ਦੀ ਦੋਸਤੀ ਹੋ ਜਾਵੇਗੀ ਤੁਹਾਡੇ ਹਿਸਾਬ ਨਾਲ ਨਹੀਂ ਦੋਸਤੀ ਹੋਣੀ ਚਾਹੀਦੀ ਜਿੱਦਾਂ ਜੀ ਆਪਣੇ ਇੱਕ ਦੂਜੇ ਵੱਲ ਨੂੰ ਹੱਥ ਵਧਾਉਣਾ ਹੀ ਚਾਹੀਦਾ ਵਾ ਉਹ ਘਟਾਉਣਾ ਨਹੀਂ ਚਾਹੀਦਾ ਜੇ ਉਹਨਾਂ ਵੱਲੋਂ ਸਾਡੇ ਵੱਲੋਂ ਹਾਂ ਦਾ ਤਾਂ ਉਹਨਾਂ ਨੂੰ ਵੀ ਦੇਣਾ ਚਾਹੀਦਾ ਜੇ ਉਹਨਾਂ ਵੱਲੋਂ ਤਾਂ ਸਾਡੇ ਵੱਲੋਂ ਹੋਣਾ ਚਾਹੀਦਾ ਬਹੁਤ ਅੱਛੀ ਗੱਲ ਤੇ ਪਰ ਅਸੀਂ ਪ੍ਰਦੇਸੀ ਲੋਕ ਹਾਂ ਅਸੀਂ ਸਾਰਿਆਂ ਨਾਲ ਉੱਥੇ ਬਰਾਬਰ ਹਾਂ ਸਾਨੂੰ ਸਾਡੇ ਨਾਲ ਕੋਈ ਵਿਤਕਰ ਨਹੀਂ ਉਹਨਾਂ ਦਾ ਅੱਛਾ ਅੱਛਾ ਪਾਕਿਸਤਾਨ ਵਾਲੇ ਜਿਹੜੇ ਇਕੱਠੇ ਇੱਕ ਰੂਮ 'ਚ ਸੌਂਦੇ ਹਾਂ ਆਪਾਂ ਅੱਛਾ ਇੱਕ ਹੀ ਜਗ੍ਹਾ 'ਤੇ ਇੱਕ ਡਿਊਟੀ ਜਗ੍ਹਾ ਇੱਕ ਜਗ੍ਹਾ 'ਤੇ ਡਿਊਟੀ ਕਰਦੇ ਹਾਂ ਅੱਛਾ ਸਾਰੇ ਦਿਹਾੜੇ ਇਕੱਠੇ ਰਹੀਦਾ ਨਾ ਉਹ ਸਾਨੂੰ ਮਾੜੀ ਚੰਗੀ ਕਹਿੰਦੇ ਨਾ ਹੀ ਉਹਨਾਂ ਨੂੰ ਕਹਿੰਦੇ ਬਹੁਤ ਅੱਛਾ ਇਹ ਸਿਰਫ ਇੰਡੀਆ ਦੇ ਲੋਕ ਜਿਹੜੇ ਜਾਂ ਉਹ ਪਾਕਿਸਤਾਨ ਨਾਲ ਨਫ਼ਰਤ ਕਰਦੇ ਆ ਜਾਂ ਪਾਕਿਸਤਾਨ ਦੇ ਜਿਹੜੇ ਰਹਿਣ ਵਾਲੇ ਲੋਕ ਆ ਲੋਕਲ ਲੋਕ ਜਿਹਨੂੰ ਉਹ ਇੱਕ ਦੂਜੇ ਨਾਲ ਨਫ਼ਰਤ ਕਰਦੇ ਵੀ ਇੰਡੀਆ ਦੇ ਲੋਕ ਮਾੜੇ ਆ ਇੱਕ ਪਿਆਰ ਕਰਦੇ ਪੋਲੀਟੀਸ਼ੀਅਨ ਸ਼ਾਇਦ ਹੋ ਸਕਦਾ ਪੋਲੀਟਿਕਸ ਹਾਂਜੀ ਹਾਂਜੀ ਉਹ ਕਰ ਸਕਦੇ ਪਰ ਨਹੀਂ ਪਰ ਇਹ ਕਿ ਪਿਆਰ ਸਾਰੇ ਚਲੋ ਵੀ ਸਾਡੇ ਆਪਣੇ ਇੱਥੋਂ ਹੀ ਗਏ ਆ ਇੰਡੀਆ ਦੇ ਵਿੱਚ ਇਹ ਸਾਹਿਬ ਇੱਕ ਹਾਂਜੀ ਹਾਂਜੀ ਉਹ ਸਾਡੇ ਪਰਿਵਾਰ ਦੇ ਵਿੱਚੋਂ ਵਿਛੜ ਕੇ ਗਏ ਇਹ ਥੋੜਾ ਕਿ ਭਰਾ ਨੇ ਭਰਾ ਅੱਡ ਹੋ ਗਿਆ ਤੇ ਭਰਾ ਦੁਸ਼ਮਣ ਨਹੀਂ ਬਣ ਜਾਂਦਾ ਉਹਨੂੰ ਫਿਰ ਵੀ ਹਮੇਸ਼ਾ ਭਰਾ ਹੀ ਕੰਮ ਆਉਂਦਾ ਵਾ ਕੋਈ ਵੀ ਅਭੀ ਨਬੀ ਹੁੰਦੀ ਭਰਾ ਹੀ ਕੰਮ ਆਉਂਦੇ ਬਹੁਤ ਅੱਛੀ ਗੱਲ ਥੈਂਕ ਯੂ ਵੈਰੀ ਮਚ ਓਕੇ ਥੈਂਕ ਯੂ ਸਰ ਹਾਂਜੀ ਭਾਈ ਸਾਹਿਬ ਕੀ ਨਾਮ ਆਪਣਾ ਮਨਜਿੰਦਰ ਸਿੰਘ ਠੀਕ ਹੈ ਕਿੱਥੋਂ ਆਏ ਹੋ ਮੈਂ ਧਾਰੀਵਾਲ ਤੋਂ ਧਾਰੀਵਾਲ ਧਾਰੀਵਾਲ ਤਾਂ ਲੱਗੇ ਹੀ ਆ ਬਿਲਕੁਲ ਡੇਰਾ ਬਾਬਾ ਨਾਨਕ ਦੇ ਹਾਂ ਇਹ ਤਾਂ ਫਿਰ ਡੇਰਾ ਬਾਬਾ ਨਾਨਕ ਬੜਾ ਇਹ ਡਿਵੈਲਪ ਹੋ ਜਾਏਗਾ ਹੁਣ ਕੀ ਕਹਿਣਾ ਚਾਹੁੰਦੇ ਕੋਰੀਡੋਰ ਬਾਰੇ ਭਾਈ ਬਹੁਤ ਵਧੀਆ ਪ੍ਰੋਜੈਕਟ ਗੌਰਮੈਂਟ ਦੀ ਵਧੀਆ ਕੰਮ ਕੀਤਾ ਗਿਆ ਹਾਂਜੀ ਜੋ ਇੱਥੇ ਬਣਿਆ ਬਹੁਤ ਵੇਖ ਕੇ ਬਹੁਤ ਮਤਲਬ ਮਨ ਖੁਸ਼ ਹੁੰਦਾ ਹਾਂਜੀ ਹਾਂਜੀ ਬਣੀ ਇਹ ਬਾਕੀ ਹੈ ਜੇ ਥੋੜੀ ਬਹੁਤੀ ਫੈਸਿਲਿਟੀ ਹੈ ਕਿ ਗੌਰਮੈਂਟ ਪਾਕਿਸਤਾਨ ਗੌਰਮੈਂਟ ਦਵੇ ਹਾਂਜੀ ਲੋਕਾਂ ਨੇ ਜਾਣ ਆਉਣ ਦੇ ਵਾਸਤੇ ਸਹੂਲਤਾਂ ਥੋੜੀ ਪਾਸਪੋਰਟ ਦਾ ਜਿਹੜਾ ਸਿਸਟਮ ਆ ਬੰਦ ਉਹ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਤਾਂ ਪਹਿਲਾਂ ਹੀ ਕਹਿਤਾ ਇੰਡੀਅਨ ਗੌਰਮੈਂਟ ਨੇ ਉਹ ਕਰਨਾ ਹੈਗਾ ਫਿਰ ਥੋੜੇ ਲੋਕਾਂ ਨੂੰ ਥੋੜੀ ਆਸਾਨੀ ਹੋ ਜਾਏਗੀ ਹਾਂਜੀ ਜ਼ਿਆਦਾ ਜਾ ਸਕਦੀ ਤਾਂ ਸੰਗਤ ਕੱਢ ਜਾਂਦੀ ਹੋਰ ਕੀ ਚਾਹੁੰਦੇ ਹੋ ਤੁਸੀਂ ਸਰਕਾਰਾਂ ਤੋਂ ਸਰਕਾਰ ਆਪਣਾ ਕੰਮ ਠੀਕ ਤਰੀਕੇ ਨਾਲ ਕਰੀਏ ਬਹੁਤ ਵਧੀਆ ਬਾਕੀ ਹੋਰ ਅਸੀਂ ਪਬਲਿਕ ਨੇ ਚਾਹੋ ਪਬਲਿਕ ਨੂੰ ਸਹੂਲਤ ਮਿਲਣੀ ਚਾਹੀਦੀ ਠੀਕ ਠੀਕ ਹਾਂਜੀ ਮੈਡਮ ਤੁਹਾਡਾ ਨਾਂ ਕੀ ਹੈ ਰੁਪਿੰਦਰ ਕੌਰ ਕੀ ਕਰਦੇ ਹੋ ਤੁਸੀਂ ਅਸੀਂ ਹਾਊਸ ਵਾਈਫ ਹਾਊਸ ਵਾਈਫ ਇਹ ਲੰਘੇ ਤੇ ਅੱਜ ਆਏ ਹੋ ਕੀ ਕਹਿਣਾ ਚਾਹੁੰਦੇ ਆ ਅਸੀਂ ਥੈਂਕਸ ਕਰਨਾ ਚਾਹੁੰਦੇ ਆ ਗਵਰਨਮੈਂਟ ਦਾ ਜੋ ਕੀਤਾ ਉਹਨਾਂ ਨੇ ਸੋਨਾ ਕੀਤਾ ਸੋਨਾ ਬਣਾਤਾ ਕੋਰੀਡੋਰ ਵੇਖਣ ਵਾਲੀ ਚੀਜ਼ ਬਣੀ ਇੱਕ ਹਾਂਜੀ ਤੇ ਸਾਡੇ ਸਿੱਖਾਂ ਵਾਸਤੇ ਸਾਡੇ ਲਈ ਬਹੁਤ ਵਧੀਆ ਇਹਨੂੰ ਹਾਂਜੀ ਤੇ ਸੁਗਾਤ ਦਿੱਤੀ ਹੈ ਸਾਨੂੰ ਗਵਰਨਮੈਂਟ ਨੇ ਹਾਂਜੀ ਤੇ ਅਸੀਂ ਥੈਂਕਸ ਕਰਦੇ ਆ ਗਵਰਨਮੈਂਟ ਦਾ ਪਾਕਿਸਤਾਨ ਦੀ ਗਵਰਨਮੈਂਟ ਦਾ ਹਿੰਦੁਸਤਾਨ ਦੀ ਗਵਰਨਮੈਂਟ ਦਾ ਹਾਂਜੀ ਸਭ ਦੋਨਾਂ ਦਾ ਥੈਂਕਸ ਕਰਨੇ ਆ ਠੀਕ ਠੀਕ ਇਹ ਅੱਜ ਕਿੰਨੀ ਕੁ ਦੇਰ ਬਾਅਦ ਆਏ ਇੱਧਰ ਕੋਰੀਡੋਰ ਪਹਿਲੀ ਵਾਰੀ ਦੇਖਣਾ ਪਾਸਪੋਰਟ ਬਣਿਆ ਕਿ ਨਹੀਂ ਤੁਹਾਡਾ ਪਾਸਪੋਰਟ ਫਿਰ ਤਾਂ ਆਨਲਾਈਨ ਰਜਿਸਟਰ ਕਰਾ ਕੇ ਜਾਓ ਤੁਸੀਂ ਅੱਛਾ ਅੱਛਾ ਚਲੋ ਆਲ ਦਾ ਬੈਸਟ ਹੈ ਥੈਂਕ ਯੂ ਥੈਂਕ ਯੂ ਹੋਰ ਤੁਹਾਡੇ ਫਾਦਰ ਸਾਹਿਬ ਦੀਆਂ ਪਾਕਿਸਤਾਨ ਨਾਲ ਕਿੰਨੀਆਂ ਯਾਦਾਂ ਕਿਹੜੀਆਂ ਗੱਲਾਂ ਕਰਦੇ ਰਹਿੰਦੇ ਸੀ ਪਾਕਿਸਤਾਨ ਦੀਆਂ ਗੱਲਾਂ ਪਾਕਿਸਤਾਨ ਸ਼ਹਿਰ ਜਿਹੜਾ ਪਹਿਲਵਾਨਾਂ ਦਾ ਸ਼ਹਿਰ ਸੀਗਾ ਤੇ ਗੁਜਰਾਂਵਾਲਾ ਗੁਜਰਾਂਵਾਲਾ ਜਿਹੜਾ ਪਾਕਿਸਤਾਨ ਗੁਜਰਾਂਵਾਲਾ ਉਦੋਂ ਕਹਿੰਦੇ ਹੁੰਦੇ ਗੁਜਰਾਂਵਾਲਾ ਗੁਜਰਾਂ ਅੱਛਾ ਗੁਜਰਾਂਵਾਲਾ ਕੱਕੇ ਨਾਲ ਗੁਜਰਾਂਵਾਲਾ ਗੁਜਰਾਂਵਾਲਾ ਅੱਛਾ ਹਾਂ ਹੁਣ ਤੇ ਉਸ ਤੋਂ ਬਾਅਦ ਚੇਂਜ ਹੋ ਕੇ ਨਾ ਗੁਜਰਾਂਵਾਲਾ ਹੋ ਗਿਆ ਨਾ ਅੱਛਾ ਅੱਛਾ ਤੇ ਪਹਿਲਾਂ ਗੁਜਰਾਂਵਾਲਾ ਹੀ ਕਹਿੰਦੇ ਸੀ ਗੁਜਰਾਂਵਾਲਾ ਇਹ ਪਹਿਲਵਾਨਾਂ ਦਾ ਸ਼ਹਿਰ ਸੀ ਹਾਂਜੀ ਹਾਂਜੀ ਵਾਹ ਵਾਹ ਪਹਿਲਵਾਨ ਜ਼ਿਆਦਾ ਸੀ ਉਸ ਸਮਾਂ ਨੇ ਉੱਥੇ ਆ ਹਾਂਜੀ ਹਾਂਜੀ ਤੇ ਹੋਰ ਕੋਈ ਪਾਕਿਸਤਾਨੀਆਂ ਕੋਈ ਗੱਲਾਂ ਕਰਦੇ ਹੋਣਗੇ ਜਾਂ ਕੋਈ ਹੋਰ ਆਪਣੇ ਬਚਪਨ ਦੀਆਂ ਜਾਂ ਕੀ ਉਹਨਾਂ ਨੇ ਉੱਥੇ ਸਿੱਖਿਆ ਜਾਂ ਦੇਖਿਆ ਉੱਥੇ ਇੱਕ ਤਾਂ ਮੇਲ ਮਿਲਾਪ ਬਹੁਤ ਸੀ ਆਪਸ ਵਿੱਚ ਭਰਾਵਾਂ ਵਾਂਗੂ ਰਹਿੰਦੇ ਸੀ ਮੁਸਲਮਾਨ ਤੇ ਸਿੱਖ ਤੇ ਮੁਸਲਮਾਨ ਤੇ ਸਿੱਖ ਭਰਾਵਾਂ ਵਾਂਗੂ ਰਹਿੰਦੇ ਸੀ ਕੋਈ ਭੇਦਭਾਵ ਹੈ ਹੀ ਨਹੀਂ ਸੀਗਾ ਕੋਈ ਫਰਕ ਨਹੀਂ ਸੀ ਹੈਗਾ ਵਾਹ ਵਾਹ ਫਿਰ ਤਾਂ ਇਹ ਬਣਨਾ ਨਹੀਂ ਸੀ ਚਾਹੀਦਾ ਇੰਡੀਆ ਤੇ ਪਾਕਿਸਤਾਨ ਪਾਰਟੀਸ਼ਨ ਨਹੀਂ ਸੀ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਸੀ ਇਹ ਤੇ ਗਲਤ ਕੰਮ ਹੋ ਗਿਆ ਗਲਤ ਕੰਮ ਜੀ ਪ੍ਰੇਮ ਪਿਆਰ ਇਧਰਲੀ ਸਾਈਡ ਤੇ ਵੀ ਪ੍ਰੇਮ ਪਿਆਰ ਬਹੁਤ ਸੀ ਜਿੰਨੇ ਪ੍ਰੇਮ ਪਿਆਰ ਹਾਂ ਹੁਣ ਵੀ ਹੈਗਾ ਅੱਜ ਵੀ ਅਸੀਂ ਪਾਕਿਸਤਾਨ ਜਾਈਏ ਨਾ ਉੱਥੇ ਸਾਨੂੰ ਬੜਾ ਪ੍ਰੇਮ ਮਿਲਦਾ ਉੱਥੇ ਦੇ ਲੋਕੀ ਬਹੁਤ ਪਿਆਰ ਕਰਦੇ ਨੇ ਅੱਛਾ ਅੱਛਾ ਤੇ ਉੱਥੋਂ ਦੇ ਜਿਹੜੇ ਲੋਕੀ ਇੱਥੇ ਆਉਂਦੇ ਨੇ ਇੱਥੇ ਵਾਲੇ ਜਿਹੜੇ ਬੰਦੇ ਆ ਉਹ ਉਹਨਾਂ ਨਾਲ ਬਹੁਤ ਪਿਆਰ ਕਰਦੇ ਨੇ ਜਿਹੜੀ ਆਵਾਮ ਹੈਗੇ ਨੇ ਦੋਨਾਂ ਮੁਲਕਾਂ ਦੇ ਉਹ ਅੱਜ ਵੀ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ ਅੱਛਾ ਇਹ ਕਰਤਾਰਪੁਰ ਕੋਰੀਡੋਰ ਵੀ ਹੁਣ ਖੁੱਲਿਆ ਹੈਗਾ ਜਿਹੜਾ ਹਾਂਜੀ 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 ਉਹਦੇ ਬਾਰੇ ਕੀ ਵਿਚਾਰ ਆ ਤੁਹਾਡੇ ਕਰੋ ਇਹ ਬਹੁਤ ਵਧੀਆ ਕੀਤਾ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਤੇ ਜਿਹੜਾ ਕਿ ਸਾਡਾ ਕਿੰਨਿਆਂ ਸਾਧਲਾਂ ਦਾ ਜਿਹੜਾ ਇੱਕ ਸਾਡੀ ਡਿਮਾਂਡ ਸੀ ਲੋੜ ਸੀ ਉਹ ਪੂਰੀ ਹੋਈ ਹੈ
चलो इस बहाने करतारपुर जाके दर्शन उत्थे गुरद्वारा साहब दे कर सकते हैं और बहुत अच्छा काम किया, बहुत शलाघा योग काम होया। नहीं तो पहले तो उत्थे बाहर दूरबीन तो ही राही दर्शन होंगे। मैं डेरा बाबा नानक नहीं गया, नहीं मैं अच्छा अच्छा नहीं गया, अजे तक गए नहीं, अजे तक नहीं गए। जाना जान का करना जान का प्रोग्राम बना ही पिया, फिर पिछे मैं बीमार हो गया, बीमार होने करके फिर वो अच्छा की गल हो गई सी, की तकलीफ हो गई सी? वो हार्ट दी प्रॉब्लम हो गई सी। ओ अच्छा हार्ट दी प्रॉब्लम, हार्ट दी प्रॉब्लम होने करके वो फिर मैनू फिर थोड़े वो की ऑपरेशन होया सी कि एंजियोग्राफी हुई सी? एंजियोग्राफी हुई सी, एंजियोग्राफी च फिर मेरे तीन स्टंट पए। ओ अच्छा तीन स्टंट पए, फिर तो सेहत दा बहुत ध्यान रखना पड़ेगा। बिल्कुल बिल्कुल, बस वो हुण जिहड़ा उस तो बाद अजे तक पूरा तरह मैं ठीक नहीं होया, वो कमजोरी अजे हैगी, कमजोरी जो ठीक पूरी हुई तो फिर मैं चक्कर ला के आवांगा। फिर मैं फिर तुसीं इधर पासपोर्ट तो बनया कि नहीं थोड़ा? पासपोर्ट बनया सीगा पर हुण बहुत पुराना हो गया, रिन्यू करा लियो। रिन्यू करावांगे। फिर तुसीं इधर कोरिडोर रास्ते गुरुद्वारा करतारपुर साहब दे दर्शन, करतारपुर साहब दे दर्शन करने ते ननकाना साहब, उस तो बाद डेरा डेरा साहब ये सारे जिहड़े जिन्ने भी उत्थे गुरुद्वारे हैगे सारे दर्शन करके आवांगे। चलो वधिया वधिया।